ਸਮੂਹ ਇਲੈਕਸ਼ਨ ਕਮਿਸ਼ਨ ਸਟਾਫ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਜਸਬੀਰ ਸਿੰਘ ਸੰਧੂ ਹੈ ਜੀ। ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਪ੍ਰੈਜੈਂਟੇਸ਼ਨ ਪੇਸ਼ ਕਰ ਰਹੇ ਹਾਂ ਜਿਹਦੇ ਵਿੱਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ, EVM, CU, BU ਅਤੇ VVPAT ਬਾਰੇ ਤੁਹਾਨੂੰ ਜਾਣਕਾਰੀ ਦਿਆਂਗੇ, ਜੋ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਸਾਰਿਆਂ ਲਈ ਹੈਲਪਫੁਲ ਹੋਊਗੀ। ਇਸ ਦੇ ਵਿੱਚ ਅਸੀਂ ਤੁਹਾਨੂੰ ਈ ਵੀ ਐਮ ਦੀ ਹੈਂਡਲਿੰਗ ਬਾਰੇ, ਉਹਨਾਂ ਦੇ ਕਨੈਕਸ਼ਨਸ ਬਾਰੇ, ਮੌਕ ਪੋਲ ਦੇ ਬਾਰੇ ਅਤੇ ਉਹਨਾਂ ਦੀ ਸੀਲਿੰਗ ਬਾਰੇ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਾਂਗੇ। ਸੋ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ, ਜਦੋਂ ਪੋਲਿੰਗ ਪਾਰਟੀਜ਼ ਨੂੰ RO ਲੈਵਲ 'ਤੇ ਜੋ ਮਟੀਰੀਅਲ ਹੈਂਡਓਵਰ ਕੀਤਾ ਜਾਣਾ, ਉਹਦੇ ਵਿੱਚ ਆਪਾਂ ਨੂੰ ਤਿੰਨ ਤਰ੍ਹਾਂ ਦੀਆਂ ਮਸ਼ੀਨਸ ਹੋਣਗੀਆਂ। ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਕੰਟਰੋਲ ਯੂਨਿਟ ਮਿਲੇਗੀ, ਅਤੇ ਉਸ ਦੇ ਨਾਲ ਆਪਾਂ ਨੂੰ ਇੱਕ VVPAT ਯੂਨਿਟ ਮਿਲੇਗੀ, ਅਤੇ ਉਸ ਦੇ ਨਾਲ ਆਪਾਂ ਨੂੰ ਬੈਲਟ ਯੂਨਿਟਸ ਮਿਲਣਗੀਆਂ। ਬੈਲਟ ਯੂਨਿਟ ਇੱਕ ਵੀ ਹੋ ਸਕਦੀ ਹੈ, ਇੱਕ ਤੋਂ ਜ਼ਿਆਦਾ ਵੀ ਹੋ ਸਕਦੀ ਹੈ, ਇਹ ਡਿਪੈਂਡ ਕਰਦਾ ਕਿ ਨੰਬਰ ਆਫ ਕੰਟੈਸਟਿੰਗ ਕੈਂਡੀਡੇਟਸ ਕਿੰਨੇ ਨੇ। ਸੋ ਮੈਂ ਵਨ ਬਾਈ ਵਨ ਤੁਹਾਨੂੰ ਇੱਕ ਇੱਕ ਮਸ਼ੀਨ ਦੇ ਬਾਰੇ ਡਿਸਕਸ ਕਰਦਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੰਟਰੋਲ ਯੂਨਿਟ ਦੀ। ਇਹ ਕੰਟਰੋਲ ਯੂਨਿਟ ਦਾ ਬਾਕਸ ਹੈ, ਇਸ ਨੂੰ ਖੋਲ੍ਹਣ ਲਈ ਸਭ ਤੋਂ ਪਹਿਲਾਂ ਇਹਨੂੰ ਆਪਾਂ ਇਸ ਤਰ੍ਹਾਂ ਰੱਖਣਾ ਹੈ ਕਿ ਜੋ ਇਹਦੇ ਉੱਪਰ ਲਿਖਿਆ ਹੋਇਆ ਕੰਟਰੋਲ ਯੂਨਿਟ ਉਹ ਟੌਪ ਵਾਲੀ ਸਾਈਡ 'ਤੇ ਹੋਵੇ। ਸੋ ਮੈਂ ਇਹਨੂੰ ਇਸ ਤਰ੍ਹਾਂ ਰੱਖਾਂਗਾ। ਸਭ ਤੋਂ ਪਹਿਲਾਂ ਇਸ ਤਰ੍ਹਾਂ ਰੱਖਣ ਤੋਂ ਬਾਅਦ ਇਹ ਹੈ ਜੀ ਆਪਣਾ ਕੰਟਰੋਲ ਯੂਨਿਟ ਦਾ ਬਾਕਸ। ਇਹਦੇ ਦੋ ਅੱਗੇ ਦੋ ਲੈਚਸ ਦਿੱਤੇ ਗਏ ਨੇ, ਆਪਾਂ ਵਨ ਬਾਈ ਵਨ ਲੈਚਸ ਨੂੰ ਖੋਲ੍ਹਾਂਗੇ। ਪਹਿਲਾਂ ਇੱਕ ਲੈਚਸ, ਦੂਸਰਾ। ਉਹਨੂੰ ਖੋਲ੍ਹਣ ਤੋਂ ਬਾਅਦ ਇਹਦੇ ਵਿੱਚ ਜੋ ਆਪਣੀ ਕੰਟਰੋਲ ਯੂਨਿਟ ਹੈ ਉਹ ਦਿੱਤੀ ਗਈ ਹੈ। ਇਸ ਕੰਟਰੋਲ ਯੂਨਿਟ ਨੂੰ ਸ਼ਾਰਟ ਦੇ ਵਿੱਚ ਆਪਾਂ CU ਦੇ ਨਾਂ ਨਾਲ ਵੀ ਰੈਫਰ ਕਰਦੇ ਹਾਂ। ਇਹ ਕੰਟਰੋਲ ਯੂਨਿਟ ਹੈ, ਮੈਂ ਤੁਹਾਨੂੰ ਇੱਕ ਇੱਕ ਕਰਕੇ ਇਹਦੇ ਪਾਰਟਸ ਬਾਰੇ ਥੋੜ੍ਹੀ ਜਾਣਕਾਰੀ ਦਿੰਦਾ ਹਾਂ। ਸਭ ਤੋਂ ਉੱਪਰ ਵਾਲਾ ਸੈਕਸ਼ਨ, ਇਸ ਸੈਕਸ਼ਨ ਨੂੰ ਆਪਾਂ ਡਿਸਪਲੇ ਸੈਕਸ਼ਨ ਕਹਿੰਦੇ ਹਾਂ। ਨੈਕਸਟ ਵਾਲਾ ਇਹ ਹੈ ਜੀ ਆਪਣਾ ਕੈਂਡੀਡੇਟ ਸੈਕਸ਼ਨ, ਇੰਨਾ। ਉਸ ਤੋਂ ਥੱਲੇ ਵਾਲਾ ਇਹ ਜੋ ਬਲੂ ਕਲਰ ਦਾ ਪਾਰਟ ਦਿਸਦਾ, ਇਹਨੂੰ ਆਪਾਂ ਰਿਜ਼ਲਟ ਸੈਕਸ਼ਨ ਬੋਲਦੇ ਹਾਂ। ਉਹ ਸਭ ਤੋਂ ਨੀਚੇ ਵਾਲਾ ਪਾਰਟ, ਇਹਨੂੰ ਆਪਾਂ ਬੈਲਟ ਸੈਕਸ਼ਨ ਬੋਲਦੇ ਹਾਂ। ਸੋ ਇਹਦੀ ਬੈਕ ਸਾਈਡ 'ਤੇ ਕਨੈਕਟਰ ਅਤੇ ਔਨ ਆਫ ਦੀ ਸਵਿੱਚ ਲਈ ਜਗ੍ਹਾ ਹੁੰਦੀ ਹੈ। ਇਹ ਔਨ ਆਫ ਦੀ ਸਵਿੱਚ ਹੈ। ਇੱਥੇ ਆਪਾਂ ਇਹਦੇ ਕਨੈਕਸ਼ਨ ਲਈ ਸਲੋਟ ਬਣਿਆ ਹੋਇਆ, ਜਿੱਥੇ ਆਪਾਂ ਉਹਨਾਂ ਦੀ VVPAT ਦੀ ਕੇਬਲ ਇਸ ਕਨੈਕਸ਼ਨ ਦੇ ਵਿੱਚ ਲਗਾਉਂਦੇ ਹਾਂ। ਇਸ ਕੰਟਰੋਲ ਯੂਨਿਟ ਦੀ ਇਹ ਸਪੈਸੀਫਿਕੇਸ਼ਨ ਨੇ, ਇਹ ਇੱਕ ਟਾਈਮ ਦੇ ਉੱਤੇ 2000 ਤੱਕ ਦੀਆਂ ਵੋਟਸ ਦੇ ਵਿੱਚ ਸਟੋਰ ਕੀਤੀਆਂ ਜਾ ਸਕਦੀਆਂ ਨੇ। ਇਹ M3 ਮਾਡਲ ਹੈ ਜੀ ਕੰਟਰੋਲ ਯੂਨਿਟ ਦਾ। ਇਹ ਬੈਲਟ ਯੂਨਿਟ ਦਾ ਬਾਕਸ ਹੈ ਜੀ। ਇਹਦਾ ਵੀ ਆਪਾਂ ਧਿਆਨ ਰੱਖਣਾ ਹੈ ਕਿ ਜਿੱਧਰਲੇ ਪਾਸੇ ਬੈਲਟ ਯੂਨਿਟ ਲਿਖਿਆ ਹੋਇਆ ਜਾਂ ECI ਲਿਖਿਆ ਹੋਏਗਾ, ਉਹ ਸਾਈਡ ਆਪਣੀ ਟੌਪ ਵਾਲੀ ਸਾਈਡ ਆ। ਆਪਾਂ ਉਹਨੂੰ ਇਸ ਤਰ੍ਹਾਂ ਰੱਖਦੇ ਹਾਂ। ਦੋਨੋਂ ਲੈਚਸ ਨੂੰ ਆਪਾਂ ਓਪਨ ਕਰਾਂਗੇ ਵਨ ਬਾਈ ਵਨ। ਇਸ ਨੂੰ ਖੋਲ੍ਹਣ ਤੋਂ ਬਾਅਦ ਇਹਦੇ ਵਿੱਚ ਆਪਾਂ ਨੂੰ ਬੈਲਟ ਯੂਨਿਟ ਮਿਲਦੀ ਹੈ। ਬੈਲਟ ਯੂਨਿਟ ਦੀ ਇੱਕ ਖਾਸ ਗੱਲ ਇਹ ਹੈ ਕਿ ਇਹਨੂੰ ਆਪਾਂ ਪਹਿਲਾਂ ਹੀ ਦੇਖ ਲਈਏ ਕਿ ਇਹਨੂੰ ਸਟੋਰ ਕਰਨ ਵੇਲੇ ਵੀ ਆਪਾਂ ਇਸੇ ਤਰ੍ਹਾਂ ਸਟੋਰ ਕਰਨਾ ਹੈ। ਇਹਦੀ ਜੋ ਟੌਪ ਵਾਲੀ ਪੋਜੀਸ਼ਨ ਹੈ, ਜਿੱਧਰਲੇ ਪਾਸੇ ਕੇਬਲ ਲੱਗੀ ਹੁੰਦੀ ਹੈ, ਉਹ ਹਮੇਸ਼ਾ ਲੈਫਟ ਹੈਂਡ ਸਾਈਡ 'ਤੇ ਆਉਂਦੀ ਹੈ। ਉਹ ਇੱਧਰ ਲੈਫਟ ਹੈਂਡ ਸਾਈਡ 'ਤੇ ਆਉਂਦੀ, ਕਿਉਂਕਿ ਇੱਧਰ ਇਹਦੇ ਕੇਬਲ ਦੀ ਜਗ੍ਹਾ ਬਣੀ ਹੁੰਦੀ ਹੈ ਕੇਬਲ ਲਈ। ਜੇ ਆਪਾਂ ਇਹਨੂੰ ਵਾਪਸ ਪੈਕ ਕਰਨ ਵੇਲੇ ਇੱਧਰ ਪਾਵਾਂਗੇ ਤਾਂ ਇੱਧਰ ਕੇਬਲ ਦੀ ਜਗ੍ਹਾ ਨਹੀਂ ਬਣੀ ਹੁੰਦੀ। ਇਸ ਕਰਕੇ ਧਿਆਨ ਰੱਖਣਾ ਹੈ ਕੇਬਲ ਹਮੇਸ਼ਾ ਇੱਧਰਲੇ ਪਾਸੇ ਆਉਣੀ ਚਾਹੀਦੀ ਹੈ। ਸੋ ਮੈਂ ਇਹਨੂੰ ਕੱਢਦਾ ਇਹਦੇ ਵਿੱਚੋਂ। ਇਹਦੇ ਨਾਲ ਇੱਕ ਕੇਬਲ ਹੁੰਦੀ ਹੈ। ਇਹ ਆਪਣੀ ਬੈਲਟ ਯੂਨਿਟ ਹੈ ਜੀ। ਇਹਦੇ ਵਿੱਚ ਕੈਂਡੀਡੇਟਸ ਦਾ ਬੈਲਟ ਪੇਪਰ ਆਲਰੇਡੀ ਤੁਹਾਨੂੰ ਲੱਗਿਆ ਹੋਇਆ ਮਿਲੇਗਾ। ਜਿੰਨੇ ਕੈਂਡੀਡੇਟਸ ਕਰਨੇ ਉਨੇ ਨੰਬਰ ਇੱਥੋਂ ਬਟਨ ਨੇ ਜੋ ਅਨਮਾਸਕ ਕੀਤੇ ਹੋਏ ਹੋਣਗੇ। ਇਹ ਹਰ ਇੱਕ ਦੇ ਨਾਲ ਕੈਂਡੀਡੇਟ ਦੀ ਲਾਈਟ ਹੈ ਜੀ ਉੱਪਰ। ਸਭ ਤੋਂ ਇਹਦੇ ਉੱਪਰ ਇੱਕ ਰੈਡੀ ਲੈਂਪ ਦੀ ਗ੍ਰੀਨ ਕਲਰ ਦੀ ਲਾਈਟ ਹੁੰਦੀ ਹੈ। ਜਦੋਂ ਆਪਾਂ ਉਧਰੋਂ ਬੈਲਟ ਯੂਨਿਟ ਤੋਂ ਬੈਲਟ ਇਸ਼ੂ ਕਰਦੇ ਤਾਂ ਗ੍ਰੀਨ ਲਾਈਟ ਚੱਕਦੀ ਹੈ ਜੀ। ਇਸ ਦੇ ਪਿੱਛੇ ਬੈਕ ਸਾਈਡ 'ਤੇ ਇਹ ਵਾਲਾ ਇੱਕ ਜੋ ਕੰਪਾਰਟਮੈਂਟ ਬਣਿਆ ਹੁੰਦਾ ਹੈ, ਇਹ ਆਪਾਂ ਜੇ ਅਡੀਸ਼ਨਲ ਬੈਲਟ ਯੂਨਿਟ ਆਪਾਂ ਨੂੰ ਲਗਾਉਣੀਆਂ ਪੈਂਦੀਆਂ ਨੇ ਉਹਦੇ ਲਈ ਇੱਥੇ ਆਪਾਂ ਲਗਾ ਸਕਦੇ ਹਾਂ। ਇਸ ਤੋਂ ਨੀਚੇ ਵਾਲਾ ਪਾਰਟ ਇਹ ਹੁੰਦਾ ਹੈ ਬੈਟਰੀ ਸੈਕਸ਼ਨ। ਇਹ ਆਪਾਂ ਨੂੰ ਬੈਟਰੀ ਤਾਂ ਲਗਾਉਣੀ ਪੈਂਦੀ ਹੈ ਜੇ ਆਪਣੀ ਆਪਣੀ ਰਿਕੁਆਇਰਮੈਂਟ 4 ਬੈਲਟ ਯੂਨਿਟ ਤੋਂ ਜ਼ਿਆਦਾ ਹੋਵੇ। 4 ਬੈਲਟ ਯੂਨਿਟ ਤੱਕ ਆਪਾਂ ਨੂੰ ਅਡੀਸ਼ਨਲ ਬੈਟਰੀ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ। ਸੋ ਥਰਡ ਯੂਨਿਟ ਹੈ ਜੀ ਆਪਣੇ ਕੋਲ VVPAT ਯੂਨਿਟ। ਉਸੇ ਤਰ੍ਹਾਂ ਇਹਦੇ 4 ਲੈਚਸ ਨੇ, ਦੋ ਅੱਗੇ ਦੋ ਸਾਈਡਾਂ 'ਤੇ। ਆਪਾਂ ਚਾਰੋਂ ਲੈਚਸ ਨੂੰ ਵਨ ਬਾਈ ਵਨ ਓਪਨ ਕਰਨ ਤੋਂ ਬਾਅਦ ਬਾਕਸ ਨੂੰ ਓਪਨ ਕਰਦੇ ਹਾਂ। ਇਹਦੇ ਵਿੱਚ ਆਪਣੀ VVPAT ਮਸ਼ੀਨ ਹੈ। ਇਹ ਆਪਣੀ VVPAT ਯੂਨਿਟ ਹੈ ਜੀ M3 ਮਾਡਲ।
ਇਹਦੇ ਸਾਹਮਣੇ ਇੱਕ ਵਿੰਡੋ ਹੁੰਦੀ ਹੈ ਜਿਸ ਦੇ ਵਿੱਚੋਂ ਜੋ ਪਰਚੀ ਇਹਦੇ ਵਿੱਚ ਵੋਟਰ ਸਲਿੱਪ ਜੋ ਡਰੋਪ ਡਾਊਨ ਹੁੰਦੀ ਹੈ ਉਹਨੂੰ ਆਪਾਂ ਇੱਥੋਂ 7 ਸੈਕਿੰਡ ਲਈ ਡਿਸਪਲੇ ਹੁੰਦੀ ਹੈ ਉਹਨੂੰ ਆਪਣਾ ਵੋਟਰ ਹੈ ਜੋ ਦੇਖ ਸਕਦਾ ਹੈ। ਇਹਦੇ ਸਾਈਡ 'ਤੇ ਇੱਕ ਡਰੋਪ ਡਾਊਨ ਬਾਕਸ ਦਾ ਢੱਕਣ ਹੁੰਦਾ ਹੈ ਜਿਹਦੇ ਵਿੱਚ ਆਪਣੇ ਜੋ ਵੋਟਰ ਸਲਿੱਪਸ ਹੁੰਦੀਆਂ ਨੇ ਉਹ ਇਸ ਬਾਕਸ ਦੇ ਵਿੱਚ ਗਿਰਦੀਆਂ ਨੇ। ਇਹਨੂੰ ਸਿਰਫ ਮੌਕ ਪੋਲ ਵੇਲੇ ਆਪਾਂ ਖੋਲ੍ਹਣਾ ਹੁੰਦਾ, ਉਸ ਤੋਂ ਬਾਅਦ ਇਹਨੂੰ ਸੀਲ ਕਰ ਦੇਣਾ ਹੁੰਦਾ ਹੈ। ਇਸ ਦੀ ਬੈਕ ਸਾਈਡ 'ਤੇ 2 ਸੈਕਸ਼ਨ ਹੁੰਦੇ ਹਨ, ਇੱਕ ਸਨੈਕਸ਼ਨ ਸੈਕਸ਼ਨ ਦਾ ਕਨੈਕਸ਼ਨ ਕੰਪਾਰਟਮੈਂਟ ਨੀਚੇ ਵਾਲਾ ਹੁੰਦਾ ਜੀ, ਬੈਟਰੀ ਕੰਪਾਰਟਮੈਂਟ। ਸੋ ਆਪਾਂ ਨੂੰ ਬੈਟਰੀ ਕੰਪਾਰਟਮੈਂਟ ਖੋਲ੍ਹਣ ਦੀ ਆਪਾਂ ਨੂੰ ਲੋੜ ਨਹੀਂ ਪਏਗੀ, ਆਪਾਂ ਨੂੰ ਜੋ ਕਨੈਕਸ਼ਨ ਕਨੈਕਟਰ ਕੰਪਾਰਟਮੈਂਟ ਹੈ ਉਹ ਖੋਲ੍ਹਣ ਦੀ ਲੋੜ ਪਏਗੀ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਬੀਯੂ ਇੰਟਰਫੇਸ ਬਣਿਆ ਹੋਇਆ। ਇਹ ਜੋ ਬੀਯੂ ਇੰਟਰਫੇਸ ਹੈ ਇਹਦੇ ਵਿੱਚ ਆਪਾਂ ਬੀਯੂ ਦੀ ਕੇਬਲ ਲਗਾਈ ਜਾਣੀ ਜਦੋਂ ਆਪਾਂ ਕਨੈਕਸ਼ਨ ਕਰਦੇ ਹਾਂ। ਉਸ ਤੋਂ ਬਾਅਦ ਇਹਦੇ ਵਿੱਚ ਇੱਕ ਧਿਆਨ ਰੱਖਣ ਵਾਲੀ ਗੱਲ ਹੈ ਕਿ ਇੱਥੇ ਇੱਕ ਨੋਬ ਬਣੀ ਹੁੰਦੀ ਹੈ, ਇਹਦੇ ਇਹਨੂੰ ਜਦੋਂ ਆਪਾਂ ਹੋਰੀਜੈਂਟਲ ਪੋਜੀਸ਼ਨ ਤੇ ਰੱਖਦੇ ਹਾਂ ਉਦੋਂ ਇਹ ਲੌਕ ਪੋਜੀਸ਼ਨ ਹੁੰਦੀ ਹੈ, ਜਦੋਂ ਆਪਾਂ ਇਹਨੂੰ ਵਰਟੀਕਲ ਪੋਜੀਸ਼ਨ ਤੇ ਕਰਦੇ ਹਾਂ ਇਸ ਨੋਬ ਨੂੰ ਤਾਂ ਉਹ ਵਰਕਿੰਗ ਪੋਜੀਸ਼ਨ ਤੇ ਹੁੰਦੀ ਹੈ। ਇਹ ਜੋ ਟਰਾਂਸਪੋਰਟੇਸ਼ਨ ਮੋਡ ਹੈ ਉਦੋਂ ਆਪਾਂ ਇਹਨੂੰ ਲੌਕ ਕਰਕੇ ਰੱਖਣਾ ਹੁੰਦਾ, ਜਦੋਂ ਇਹਨੂੰ ਮਸ਼ੀਨ ਨੂੰ ਆਪਾਂ ਕੈਰੀ ਕਰਨਾ ਤਾਂ ਹਮੇਸ਼ਾ ਇਹਨੂੰ ਲੌਕ ਪੋਜੀਸ਼ਨ ਦੇ ਵਿੱਚ ਕਰਕੇ ਰੱਖਣਾ। ਤਾਂ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਇਹ ਨੋਬ ਔਨ ਆਫ ਸਵਿੱਚ ਦਾ ਕੰਮ ਨਹੀਂ ਕਰਦੀ, ਇਹ ਸਿਰਫ ਇਹਨੂੰ ਲੌਕ ਕਰਨ ਦਾ ਕੰਮ ਕਰਦੀ ਹੈ। ਇਹਦਾ ਜੋ ਔਨ ਆਫ ਦਾ ਕੰਟਰੋਲ ਹੈ ਜੋ ਸਵਿੱਚ ਹੈ ਉਹ ਕੰਟਰੋਲ ਯੂਨਿਟ ਤੋਂ ਹੀ ਹੁੰਦਾ ਹੈ। ਹੁਣ ਆਪਾਂ ਦੇਖਦੇ ਹਾਂ ਕਿ ਆਪਾਂ ਇਹਨਾਂ ਦੇ ਕਨੈਕਸ਼ਨ ਕਿਸ ਤਰ੍ਹਾਂ ਕਰਨੇ ਨੇ। ਜੋ ਬੈਲਟ ਯੂਨਿਟ ਦੀ ਕੇਬਲ ਹੈ ਇਸ ਨੂੰ ਆਪਾਂ ਹਮੇਸ਼ਾ ਵੀ ਵੀ ਪੈਟ ਦੇ ਜੋ ਪਿੱਛੇ ਕਨੈਕਸ਼ਨ ਕੰਪਾਰਟਮੈਂਟ ਬਣਿਆ ਉਹਦੇ ਵਿੱਚ ਲਗਾਉਣਾ ਹੈ। ਧਿਆਨ ਰਹੇ ਕਿ ਇਸ ਜੋ ਕਨੈਕਸ਼ਨ ਕੇਬਲ ਹੈ ਇਹਦੇ ਵਿੱਚ ਕਲਰ ਕੋਡਿੰਗ ਕੀਤੀ ਗਈ ਹੈ। ਇੱਕ ਸਾਈਡ 'ਤੇ ਰੈੱਡ ਕਲਰ ਦਾ ਲੈਚ ਹੈ, ਦੂਸਰੀ ਸਾਈਡ 'ਤੇ ਬਲੈਕ ਕਲਰ ਦੀ ਲੈਚਸ ਦੀ ਨੋਬ ਜਿਹਨੂੰ ਆਪਾਂ ਕੁੰਡੀ ਕਹਿ ਦਿੰਦੇ, ਇਸ ਤਰ੍ਹਾਂ ਦੀ ਕੁੰਡੀ ਬਣੀ ਹੋਈ ਹੈ। ਇਸੇ ਤਰ੍ਹਾਂ ਉੱਧਰ ਵੀ 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 ਪੈਟ ਦੇ ਪਿੱਛੇ ਵੀ ਜੋ ਬੀਯੂ ਇੰਟਰਫੇਸ ਬਣਾਇਆ ਗਿਆ ਉੱਥੇ ਵੀ ਕਲਰ ਕੋਡਿੰਗ ਕੀਤੀ ਗਈ ਹੈ। ਕਲਰ ਕੋਡਿੰਗ ਦੇ ਅਕੋਰਡਿੰਗ ਹੀ ਇਸ ਨੂੰ ਆਪਾਂ ਕਨੈਕਸ਼ਨ ਕਰਨਾ ਹੈ। ਜਿਸ ਤਰ੍ਹਾਂ ਉੱਧਰ ਰੈੱਡ ਹੈ ਤਾਂ ਇਸ ਨੂੰ ਰੈੱਡ ਨੂੰ ਵੀ ਉਸੇ ਸਾਈਡ ਕਰਨਾ ਹੈ। ਲਗਾਉਣ ਵੇਲੇ ਆਪਾਂ ਪਿੱਛੋਂ ਫੜ ਸਕਦੇ ਹਾਂ, ਪਰ ਜਦੋਂ ਵੀ ਇਸ ਕੇਬਲ ਨੂੰ ਡਿਸਕੁਨੈਕਟ ਕਰਨਾ ਉਦੋਂ ਹਮੇਸ਼ਾ ਲੈਚਸ ਤੋਂ ਦਬਾ ਕੇ ਕਰਨਾ ਹੁੰਦਾ ਹੈ ਇਸ ਤਰ੍ਹਾਂ। ਸੋ ਮੈਂ ਪਹਿਲਾਂ ਲਗਾ ਰਿਹਾ, ਮੈਂ ਰੈੱਡ ਸਾਈਡ ਵਾਲ ਇੱਕ ਨਾਲ ਮੈਚ ਕਰਕੇ ਉਹਨੂੰ ਆਪਾਂ ਇਸ ਤਰ੍ਹਾਂ ਪਿੱਛੋਂ ਕਲਿੱਕ ਦੀ ਆਵਾਜ਼ ਆ ਜਾਂਦੀ ਹੈ। ਸੋ ਇਹ ਮੇਰੀ ਬੀਯੂ ਜੋ ਹੈ ਉਹਦਾ ਕਨੈਕਸ਼ਨ ਵੀ ਵੀ ਪੈਟ ਨਾਲ ਹੋ ਗਿਆ ਹੈ। ਉਸ ਤੋਂ ਬਾਅਦ ਮੈਂ ਇਹਦਾ ਕਨੈਕਸ਼ਨ ਕੰਪਾਰਟਮੈਂਟ ਨੂੰ ਬੰਦ ਕਰ ਦੇਵਾਂਗਾ। ਇਸ ਦੀ ਜੋ ਨੋਬ ਹੈ ਲੌਕ ਅਨਲੌਕ ਕਰਨ ਵਾਲੀ ਉਹਨੂੰ ਮੈਂ ਵਰਕਿੰਗ ਮੋਡ ਤੇ ਕਰਾਂਗਾ। ਇਹਨੂੰ ਹਮੇਸ਼ਾ ਆਪਾਂ ਐਂਟੀ ਕਲੋਕ ਵਾਈਜ਼ ਘੁਮਾਉਣਾ ਹੈ। ਹੁਣ ਇਹ ਵਰਕਿੰਗ ਮੋਡ ਤੇ ਹੋ ਗਈ, ਪਹਿਲਾਂ ਇਹ ਲੌਕ ਸੀ ਯਾਨੀ ਕਿ ਟਰਾਂਸਪੋਰਟ ਮੋਡ ਤੇ ਸੀ। ਇਹ ਸੀ ਵੀ ਵੀ ਪੈਟ ਦਾ ਕਨੈਕਸ਼ਨ, ਸੋਰੀ ਬੀਯੂ ਦਾ ਕਨੈਕਸ਼ਨ ਵੀ ਵੀ ਪੈਟ ਦੇ ਨਾਲ। ਸੋ ਇਸੇ ਤਰ੍ਹਾਂ ਜੋ ਵੀ ਵੀ ਪੈਟ ਹੈ ਉਸਦਾ ਕਨੈਕਸ਼ਨ ਆਪਾਂ ਸੀਯੂ ਦੇ ਨਾਲ ਕਰ ਰਹੇ ਹਾਂ। ਸੇਮ ਜਿਸ ਤਰ੍ਹਾਂ ਪਹਿਲਾਂ ਵਾਲੀ ਕੇਬਲ ਦੇ ਵਿੱਚ ਕਲਰ ਕੋਡਿੰਗ ਸੀ ਇਹਦੇ ਵਿੱਚ ਵੀ ਕਲਰ ਕੋਡਿੰਗ ਕੀਤੀ ਗਈ ਹੈ। ਆਪਾਂ ਇਸ ਦਾ ਕੰਟਰੋਲ ਯੂਨਿਟ ਦਾ ਪਿੱਛੋਂ ਢੱਕਣ ਓਪਨ ਕਰਦੇ ਹਾਂ, ਇਹਦੇ ਵਿੱਚ ਜੋ ਕਲਰ ਕੋਡਿੰਗ ਕੀਤੀ ਗਈ ਹੈ ਉਸ ਦੇ ਅਕੋਰਡਿੰਗ ਆਪਾਂ ਇਹਨੂੰ ਲਗਾ ਦਿੰਦੇ ਹਾਂ। ਉਸੇ ਤਰ੍ਹਾਂ ਪਿੱਛੋਂ ਫੜ ਕੇ ਆਪਾਂ ਲਗਾ ਸਕਦੇ ਹਾਂ, ਪਰ ਅਗਰ ਇਹਨੂੰ ਡਿਸਕੁਨੈਕਟ ਕਰਨਾ ਹੈ ਤਾਂ ਹਮੇਸ਼ਾ ਸਾਈਡ ਤੋਂ ਦਬਾ ਕੇ ਕਰਨਾ ਹੁੰਦਾ ਹੈ। ਤਾਂ ਟਿੱਕ ਦੀ ਆਵਾਜ਼ ਆਉਂਦੀ ਹੈ, ਆਪਣੀ ਇਹ ਕੇਬਲ ਵੀਵੀਪੈਟ ਦੀ ਲੱਗ ਚੁੱਕੀ ਹੈ। ਇਸ ਤਰ੍ਹਾਂ ਆਪਣੇ ਜੋ ਕਨੈਕਸ਼ਨਸ ਨੇ ਉਹ ਪੂਰੇ ਹੋ ਚੁੱਕੇ ਨੇ। ਕਨੈਕਸ਼ਨ ਕਰਨ ਵੇਲੇ ਧਿਆਨ ਰਹੇ ਕਿ ਬੀਯੂ ਜੋ ਕਿ ਬੈਲਟ ਯੂਨਿਟ ਹੈ ਉਹਨੂੰ ਆਪਾਂ ਵੀਵੀਪੈਟ ਦੇ ਨਾਲ ਜੋੜਨਾ ਹੈ, ਔਰ ਜੋ ਵੀਵੀਪੈਟ ਦੀ ਕੇਬਲ ਹੈ ਉਸਨੂੰ ਕੰਟਰੋਲ ਯੂਨਿਟ ਦੇ ਨਾਲ ਜੋੜਨਾ ਹੈ। ਇਹ ਵੀਵੀਪੈਟ ਔਰ ਜੋ ਬੈਲਟ ਯੂਨਿਟ ਹੈ ਇਹ ਦੋਨੋਂ ਵੋਟਿੰਗ ਕੰਪਾਰਟਮੈਂਟ ਦੇ ਅੰਦਰ ਰਹਿੰਦੇ ਨੇ ਜਿੱਥੇ ਵੋਟਰ ਜਾਂ ਇਲੈਕਟਰ ਆਪਣੀ ਵੋਟ ਕਾਸਟ ਕਰਨ ਜਾਂਦਾ ਹੈ। ਕੰਟਰੋਲ ਯੂਨਿਟ ਸੀਯੂ ਇਹ ਆਪਣੇ ਪੋਲਿੰਗ ਆਫਿਸਰ ਦੇ ਕੋਲ ਰਹਿੰਦੀ ਹੈ। ਇੱਕ ਗੱਲ ਦਾ ਧਿਆਨ ਰਹੇ ਜਦੋਂ ਆਪਾਂ ਇਹ ਸਮਾਨ ਇਹ ਮਸ਼ੀਨਸ ਆਰਓ ਤੋਂ ਰਿਸੀਵ ਕਰਨੀਆਂ ਨੇ ਤਾਂ ਉਦੋਂ ਆਪਾਂ ਵੀਵੀਪੈਟ ਨੂੰ ਚਲਾ ਕੇ ਨਹੀਂ ਦੇਖਣਾ। ਇਸ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਕਲੀਅਰ ਕੱਟ ਇੰਸਟਰਕਸ਼ਨ ਹੈ, ਇਹਨੂੰ ਆਪਾਂ ਟੈਸਟ ਕਰਕੇ ਵੀਵੀਪੈਟ ਨੂੰ ਨਹੀਂ ਦੇਖਣਾ। ਇਹਨਾਂ ਦੋਨੋਂ ਮਸ਼ੀਨ ਨੂੰ ਤੁਸੀਂ ਟੈਸਟ ਕਰਕੇ ਦੇਖ ਸਕਦੇ ਹੋ, ਇਸ ਨੂੰ ਸਿਰਫ ਮੌਕ ਪੋਲ ਦੇ ਟਾਈਮ ਹੀ ਚਲਾਇਆ ਜਾਣਾ। ਸੋ ਜੋ ਮੈਂ ਕਨੈਕਸ਼ਨ ਦੱਸੇ ਉਹ ਕਨੈਕਸ਼ਨ ਕਰਕੇ ਆਪਾਂ ਮੌਕ ਪੋਲ ਕੰਡਕਟ ਕਰਵਾ ਸਕਦੇ ਹਾਂ, ਜੋ ਕਿ ਆਪਾਂ ਪੋਲ ਸਟਾਰਟ ਹੋਣ ਤੋਂ 1 ਘੰਟਾ ਪਹਿਲਾਂ ਸਟਾਰਟ ਕਰਨੀ ਹੁੰਦੀ ਹੈ। ਜੇਕਰ ਪੋਲਿੰਗ ਏਜੰਟ ਨਹੀਂ ਪਹੁੰਚ ਸਕਦੇ ਤਾਂ ਆਪਾਂ 15 ਮਿੰਟ ਵੇਟ ਕਰ ਸਕਦੇ ਹਾਂ। 15 ਮਿੰਟ ਤੋਂ ਜ਼ਿਆਦਾ ਵੇਟ ਨਹੀਂ ਕਰਨੀ, ਆਪਾਂ ਆਪਣੀ ਮੌਕ ਪੋਲ ਦਾ ਜੋ ਪ੍ਰੋਸੀਜਰ ਹੈ ਉਹ ਪੂਰਾ ਕਰਾਂਗੇ। ਮੌਕ ਪੋਲ ਦੇ ਵਿੱਚ ਆਪਾਂ 50 ਵੋਟਾਂ ਹਰ ਇੱਕ ਸਾਰੀਆਂ ਟੋਟਲ 50 ਵੋਟ ਪਾਉਣੀਆਂ ਹੁੰਦੀਆਂ ਨੇ, ਰੈਂਡਮਲੀ ਆਪਾਂ ਕੈਂਡੀਡੇਟਸ ਨੂੰ ਪਾ ਸਕਦੇ ਹਾਂ, ਉਹ ਨੋਟ ਕਰਨੀਆਂ ਹੁੰਦੀਆਂ ਨੇ। ਸੋ ਮੈਂ ਸਟੈਪ ਸਟਾਰਟ ਕਰਦਾ ਆਪਣੀ ਵੋਟਿੰਗ ਮਸ਼ੀਨ ਨੂੰ ਔਨ ਕਰਨ। ਜਦੋਂ ਆਪਾਂ ਮੌਕ ਪੋਲ ਸਟਾਰਟ ਕਰਨੀ ਆ ਆਪਾਂ ਸਭ ਤੋਂ ਪਹਿਲਾਂ ਕੰਟਰੋਲ ਯੂਨਿਟ ਤੋਂ ਸਵਿੱਚ ਔਨ ਕਰਦੇ ਹਾਂ। ਜਦੋਂ ਆਪਾਂ ਸਵਿੱਚ ਔਨ ਕਰਦੇ ਹਾਂ ਤਾਂ ਇਹਦੇ ਵਿੱਚ ਜੋ ਡਿਸਪਲੇ ਦੇ ਉੱਪਰ ਆਉਂਦਾ ਹੈ ਗ੍ਰੀਨ ਲਾਈਟ ਚੱਕਦੀ ਹੈ, ਨਾਲ ਦੀ ਨਾਲ ਇਹ ਜੋ ਕੰਟਰੋਲ ਯੂਨਿਟ ਹੈ ਇਹ ਸਾਰਾ ਡਾਇਗਨੋਸਿਸ ਸਾਰਾ ਟੈਸਟਿੰਗ ਸਾਰੇ ਇਕਿਪਮੈਂਟਸ ਦੀ ਕਰਦੀ ਹੈ।
ਨਾਲ ਹੀ ਜੋ ਵੀਵੀਪੈਟ ਮਸ਼ੀਨ ਹੈ ਉਹਦੇ ਵਿੱਚ ਸੈਲਫ ਡਾਇਗਨੋਸਿਸ ਦੀਆਂ 7 ਰਿਪੋਰਟਸ ਜਨਰੇਟ ਹੁੰਦੀਆਂ ਨੇ, 7 ਪਰਚੀਆਂ ਉਹਦੇ ਵਿੱਚ ਡਿਸਪਲੇ ਹੋ ਕੇ ਨੀਚੇ ਡਰੋਪ ਡਾਊਨ ਬਾਕਸ ਦੇ ਵਿੱਚ ਡਿੱਗਦੀਆਂ ਨੇ। ਇਹ 7 ਪਰਚੀਆਂ ਦੇ ਵਿੱਚ ਇਹਦੇ ਹਰ ਇੱਕ ਅਲੱਗ ਅਲੱਗ ਸੈਕਸ਼ਨ ਦੀ ਰਿਪੋਰਟ ਹੁੰਦੀ ਹੈ ਜੋ ਕਿ ਸਾਰੀਆਂ ਪਾਸ ਹੋਣੀਆਂ ਚਾਹੀਦੀਆਂ। ਜੇ ਅਗਰ ਸਾਰੀਆਂ ਰਿਪੋਰਟਸ ਪਾਸ ਨੇ ਇਟ ਮੀਨਸ ਵੀਵੀਪੈਟ ਪ੍ਰੋਪਰਲੀ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਕੰਟਰੋਲ ਯੂਨਿਟ ਦੇ ਉੱਪਰ ਵੀ ਇਹਨਾਂ ਦਾ ਜੋ ਮਸ਼ੀਨਸ ਅਟੈਚ ਕੀਤੀਆਂ ਉਹਨਾਂ ਦਾ ਸੀਰੀਅਲ ਨੰਬਰ, ਉਹਨਾਂ ਦੇ ਬਾਰੇ ਡਾਇਗਨੋਸਿਸ ਵੀ ਉਹ ਪ੍ਰੋਪਰਲੀ ਕੰਮ ਕਰ ਰਹੀਆਂ ਜਾਂ ਨਹੀਂ ਕਰ ਰਹੀਆਂ ਉਹਦਾ ਮੈਸੇਜ ਆਉਂਦਾ ਹੈ। ਜਦੋਂ ਮਸ਼ੀਨ ਆਪਣੀ ਕੰਟਰੋਲ ਯੂਨਿਟ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ ਉਸ ਤੋਂ ਬਾਅਦ ਇਹਦੇ ਉੱਪਰ ਗ੍ਰੀਨ ਲਾਈਟ ਦਾ ਸਿਗਨਲ ਆਉਂਦਾ ਤਾਂ ਆਪਾਂ ਇਹਨੂੰ ਵੋਟਿੰਗ ਲਈ ਜੋ ਮੌਕ ਪੋਲ ਦੀ ਵੋਟਿੰਗ ਹੈ ਉਹਦੇ ਲਈ ਮਸ਼ੀਨ ਤਿਆਰ ਹੈ ਕਿਉਂਕਿ ਐਟ ਪ੍ਰੈਜੈਂਟ ਇਹਦੇ ਵਿੱਚ 0 ਵੋਟ ਹੈ, ਅਸੀਂ ਟੋਟਲ ਚੈੱਕ ਕਰ ਚੁੱਕੇ ਹਾਂ। ਤੋ ਇਹਨੂੰ ਜਦੋਂ ਆਪਾਂ ਮੌਕ ਪੋਲ ਕਰਾਉਣੀ ਹੈ ਸਭ ਤੋਂ ਪਹਿਲਾਂ ਆਪਾਂ ਬੈਲਟ ਬਟਨ ਦਬਾਵਾਂਗੇ ਤਾਂ ਕਿ ਬੈਲਟ ਇੱਕ ਤਰ੍ਹਾਂ ਦਾ ਇਸ਼ੂ ਹੋ ਸਕੇ ਵੋਟਰ ਨੂੰ। ਜਦੋਂ ਮੈਂ ਬੈਲਟ ਦਬਾਊਂਗਾ ਮੇਰੇ ਜੋ ਸਹਿਯੋਗੀ ਨੇ ਉਹ ਉੱਧਰੋਂ ਇੱਕ ਵੋਟ ਕਾਸਟ ਕਰਨਗੇ। ਸੋ ਮੈਂ ਇੱਧਰੋਂ ਬੈਲਟ ਬਟਨ ਦਬਾਉਣਾ, ਜਦੋਂ ਮੈਂ ਬੈਲਟ ਬਟਨ ਦਬਾਵਾਂਗਾ ਇਹਦੇ ਉੱਪਰ ਬਿਜ਼ੀ ਲੈਂਪ ਜਗਣ ਲੱਗ ਜਾਂਦਾ ਹੈ, ਉੱਧਰ ਨਾਲ ਹੀ ਬੈਲਟ ਯੂਨਿਟ ਦੇ ਉੱਪਰ ਗ੍ਰੀਨ ਸਿਗਨਲ ਆ ਜਾਂਦਾ ਹੈ। ਇਸ ਤੋਂ ਬਾਅਦ ਜੋ ਇਲੈਕਟਰ ਹੈ ਉਹ ਆਪਣੀ ਵੋਟ ਕਾਸਟ ਕਰੇਗਾ। ਜਿਵੇਂ ਹੀ ਇਲੈਕਟਰ ਉੱਧਰ ਆਪਣਾ ਬਟਨ ਦਬਾਉਂਦਾ ਹੈ ਉਹ ਇੱਕ ਉਹਨਾਂ ਦੀ ਜੋ ਸਿਲੈਕਟਡ ਕੈਂਡੇ ਉਹਦੀ ਵੋਟਰ ਸਲਿੱਪ ਇਸ ਵੀਵੀਪੈਟ ਦੇ ਵਿੱਚ ਡਿਸਪਲੇ ਹੁੰਦੀ ਹੈ। ਇਹ ਡਿਸਪਲੇ 7 ਸੈਕਿੰਡ ਲਈ ਜਾਂਦਾ, ਜਦੋਂ ਇਹ 7 ਸੈਕਿੰਡ ਤੋਂ ਬਾਅਦ ਉਹ ਵੋਟਰ ਸਲਿੱਪ ਆਟੋਮੈਟਿਕਲੀ ਡਰੋਪ ਡਾਊਨ ਬਾਕਸ ਦੇ ਵਿੱਚ ਡਿੱਗ ਪੈਂਦੀ ਹੈ। ਉਸ ਤੋਂ ਬਾਅਦ ਇੱਧਰ ਆਪਣੇ ਕੋਲ ਦੁਬਾਰਾ ਜੋ ਹੈ ਇਹਦੀ ਬਜ਼ਰ ਦੀ ਆਵਾਜ਼ ਆਉਂਦੀ ਹੈ ਕੰਟਰੋਲ ਯੂਨਿਟ ਦੀ, ਤੋਂ ਜਿੱਥੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਇਹ ਇੱਕ ਵੋਟ ਕਾਸਟ ਹੋ ਚੁੱਕੀ ਹੈ। ਸਿਮੀਲਰਲੀ ਆਪਾਂ 1 by 1 50 ਵੋਟਾਂ ਦੀ ਜੋ ਹੈ ਪੋਲ ਕਰਕੇ ਮੌਕ ਪੋਲ ਕਰਵਾਈ ਜਾਣੀ ਹੈ। ਇਹ ਸਾਰੀ ਮੌਕ ਪੋਲ ਪੋਲਿੰਗ ਏਜੰਟ ਦੀ ਹਾਜ਼ਰੀ ਵਿੱਚ ਕਰਵਾਈ ਜਾਣੀ ਹੈ। ਸਿਮੀਲਰਲੀ ਜਦੋਂ ਅਸੀਂ ਨੈਕਸਟ ਵੋਟ ਲਈ ਬੈਲਟ ਬਟਨ ਦਬਾਉਂਦੇ ਹਾਂ ਸੇਮ ਇੱਧਰ ਬਿਜ਼ੀ ਦਾ ਲੈਂਪ ਜਗਦਾ, ਉੱਧਰ ਬੈਲਟ ਯੂਨਿਟ ਦੇ ਉੱਪਰ ਗ੍ਰੀਨ ਸਿਗਨਲ ਜਾਂਦਾ ਹੈ, ਬੈਲਟ ਯੂਨਿਟ ਮਸ਼ੀਨ ਤਿਆਰ ਹੈ ਬੈਲਟ ਲਈ। ਨੈਕਸਟ ਵੋਟ ਕਾਸਟ ਕੀਤੀ ਜਾਏਗੀ। ਜੋ ਜਿਸ ਕੈਂਡੀਡੇਟ ਦਾ ਬਟਨ ਦਬਾਇਆ ਗਿਆ ਉਸੇ ਕੈਂਡੀਡੇਟ ਦੀ ਵੋਟਰ ਸਲਿੱਪ ਵੀਵੀਪੈਟ ਦੇ ਵਿੱਚ ਡਿਸਪਲੇ ਹੁੰਦੀ ਹੈ। ਇਹ ਡਿਸਪਲੇ 7 ਸੈਕਿੰਡ ਲਈ ਰਹਿੰਦਾ ਹੈ। 7 ਸੈਕਿੰਡ ਤੋਂ ਬਾਅਦ ਇਹ ਜੋ ਵੋਟਰ ਸਲਿੱਪ ਹੈ ਆਟੋਮੈਟਿਕਲੀ ਕੱਟ ਹੋ ਕੇ ਨੀਚੇ ਡਰੋਪ ਡਾਊਨ ਬਾਕਸ ਦੇ ਵਿੱਚ ਜਾਂਦੀ ਹੈ, ਇੱਧਰ ਆਪਣੇ ਕੰਟਰੋਲ ਯੂਨਿਟ 'ਤੇ ਬਜ਼ਰ ਦੀ ਆਵਾਜ਼ ਆ ਜਾਂਦੀ ਹੈ। ਜਦੋਂ ਆਪਣੀਆਂ ਮੌਕ ਪੋਲ ਦੀਆਂ 50 ਵੋਟਾਂ ਜਦੋਂ ਪੋਲ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਮਸ਼ੀਨ ਨੂੰ ਕਲੀਅਰ ਕਰਨਾ ਹੈ, ਜੋ ਕਿ ਆਪਾਂ ਸਾਰੇ ਜਾਣਦੇ ਹਾਂ CRC ਕਲੋਜ਼ ਰਿਜ਼ਲਟ ਕਲੀਅਰ ਦਾ ਇੱਕ ਇਸੇ ਸੀਕੁਐਂਸ ਦੇ ਵਿੱਚ ਬਟਨ ਦਬਾ ਕੇ ਆਪਾਂ ਜੋ ਵੋਟਾਂ ਮੌਕ ਪੋਲ ਦੀਆਂ ਵਿੱਚ ਪੋਲ ਕੀਤੀ ਗਈ ਉਹਨੂੰ ਕਲੀਅਰ ਕਰਾਂਗੇ। ਸੋ ਮੈਂ ਤੁਹਾਨੂੰ ਦਿਖਾਉਂਦਾ ਵੀ ਇਹਨੂੰ ਆਪਾਂ ਕਿਸ ਤਰ੍ਹਾਂ CRC ਕਰਨੀ ਹੈ। ਸਭ ਤੋਂ ਪਹਿਲਾਂ ਆਪਾਂ ਇਹਦਾ ਜੋ ਰਿਜ਼ਲਟ ਸੈਕਸ਼ਨ ਆ ਉਹਦਾ ਢੱਕਣ ਖੋਲਾਂਗੇ। ਇਸ ਦੇ ਵਿੱਚ 2 ਸੈਕਸ਼ਨ ਹੁੰਦੇ, ਇੱਕ ਇਨਰ ਸੈਕਸ਼ਨ ਇੱਕ ਆਊਟਰ ਸੈਕਸ਼ਨ। ਸੋ ਸਭ ਤੋਂ ਪਹਿਲਾਂ ਆਪਾਂ ਆਊਟਰ ਸੈਕਸ਼ਨ ਦੇ ਵਿੱਚੋਂ ਕਲੋਜ਼ ਦਾ ਬਟਨ ਦਬਾ ਕੇ ਇਹ ਜੋ ਪੋਲ ਹੈ ਉਹਨੂੰ ਕਲੋਜ਼ ਕਰਾਂਗੇ। CRC ਦਾ ਫਸਟ ਸਟੈਪ, ਜਦੋਂ ਆਪਾਂ ਕਲੋਜ਼ ਦਾ ਬਟਨ ਦਬਾਉਂਦੇ ਹਾਂ ਪੋਲ ਕਲੋਜ਼ ਹੋ ਜਾਂਦੀ ਹੈ ਔਰ ਨਾਲ ਹੀ ਟੋਟਲ ਵੋਟ ਪੋਲ ਦੇ ਔਰ ਜੋ ਉਹਨਾਂ ਬਾਕੀ ਮੈਸੇਜਿਸ ਨੇ ਉਹ ਡਿਸਪਲੇ ਹੁੰਦੇ ਨੇ। ਇਸੇ ਤਰ੍ਹਾਂ ਪੋਲ ਕਲੋਜ਼ ਕਰਨ ਤੋਂ ਬਾਅਦ ਜੋ ਆਪਾਂ CRC ਦਾ ਸੈਕਿੰਡ ਸਟੈਪ ਹੈ ਰਿਜ਼ਲਟ ਦੇ ਉੱਪਰ ਕਲਿੱਕ ਕਰਾਂਗੇ, ਜੋ ਕਿ ਇਨਰ ਕੰਪਾਰਟਮੈਂਟ ਦੇ ਵਿੱਚ ਬਟਨ ਬਣਿਆ ਹੋਇਆ। ਸੋ ਆਪਾਂ ਰਿਜ਼ਲਟ ਦੇ ਉੱਪਰ ਕਲਿੱਕ ਕਰਦੇ ਹਾਂ। ਇਸ ਤੋਂ ਬਾਅਦ ਜੋ ਇਹਦਾ ਮਸ਼ੀਨ ਦਾ ਜੋ ਹੁਣ ਤੱਕ ਮੌਕ ਪੋਲ ਦੀਆਂ ਜੋ ਵੋਟਸ ਪੋਲ ਹੋਈਆਂ ਸੀ ਉਹਦਾ ਰਿਜ਼ਲਟ ਆਪਣੇ ਸਾਹਮਣੇ ਡਿਸਪਲੇ ਹੋਏਗਾ ਜੀ। ਰਿਜ਼ਲਟ ਦਾ ਬਟਨ ਕਲੀਅਰ ਹੋਣ ਤੋਂ ਬਾਅਦ ਜਦੋਂ ਕੰਪਲੀਟ ਸਟੈਪ ਹੋ ਜਾਂਦਾ ਉਸ ਤੋਂ ਬਾਅਦ ਆਪਾਂ CRC ਦਾ ਜੋ 3rd ਸਟੈਪ ਹੈ ਕਲੀਅਰ ਦਾ ਬਟਨ ਦਬਾਵਾਂਗੇ ਤਾਂ ਕਿ ਜੋ ਵੋਟਸ ਇਹਦੇ ਵਿੱਚ ਆਲਰੇਡੀ ਪੋਲ ਹੋਈਆਂ ਨੇ ਉਹਨੂੰ ਆਪਾਂ ਕਲੀਅਰ ਕਰ ਸਕੀਏ। ਤੁਸੀਂ ਦੇਖ ਸਕਦੇ ਹੋ ਡਿਸਪਲੇ ਦੇ ਉੱਪਰ ਡਿਲੀਟਿੰਗ ਪੋਲ ਵੋਟਸ ਆ ਰਿਹਾ। ਇਸ ਇਹ ਮੈਸੇਜ ਤੋਂ ਬਾਅਦ ਸਾਰੇ ਕੈਂਡੀਡੇਟਸ ਦੀ 1 by 1 0 ਦਾ ਮੈਸੇਜ ਇਹਦੇ ਉੱਪਰ ਡਿਸਪਲੇ ਹੋਏਗਾ।
सीआरसी ਦਾ ਸਟੈਪ ਪੂਰਾ ਹੋਣ ਤੋਂ ਬਾਅਦ ਇਹਦੇ ਵਿੱਚ ਜੋ ਮੌਕ ਪੋਲ ਦੀਆਂ ਵੋਟਸ ਜੋ ਪੋਲਡ ਹੋਈਆਂ ਸੀ ਉਹ ਸਾਰੀਆਂ ਇਹਦੇ ਵਿੱਚ ਕਲੀਅਰ ਹੋ ਚੁੱਕੀਆਂ ਨੇ। ਹੁਣ ਇਹ ਮਸ਼ੀਨ ਐਕਚੁਅਲ ਪੋਲ ਦੇ ਲਈ ਬਿਲਕੁਲ ਤਿਆਰ ਹੈ। ਹੁਣ ਆਪਾਂ ਇਹਨੂੰ ਸੀਲ ਕਰਨਾ ਹੈ। ਜਿਸ ਤਰ੍ਹਾਂ ਆਪਾਂ ਇਹਦੇ ਵਿੱਚੋਂ ਕੰਟਰੋਲ ਯੂਨਿਟ ਦੇ ਵਿੱਚੋਂ ਜੋ ਵੋਟਸ ਪੋਲਡ ਹੋਈਆਂ ਸੀ ਉਹਨਾਂ ਨੂੰ ਆਪਾਂ ਡਿਲੀਟ ਕੀਤਾ ਹੈ, ਉਸੇ ਤਰ੍ਹਾਂ ਵੀ ਵੀ ਪੈਡ ਦੇ ਵਿੱਚ ਵੀ ਜੋ ਮੌਕ ਪੋਲ ਦੀਆਂ ਸਲਿਪ ਸੀ ਉਹਨਾਂ ਨੂੰ ਵੀ ਆਪਾਂ ਇਹਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਆਪਾਂ ਸੀਲ ਕਰਨਾ ਹੈ। ਸੋ ਸਭ ਤੋਂ ਪਹਿਲਾਂ ਮੈਂ ਕੰਟਰੋਲ ਯੂਨਿਟ ਦੀ ਸਵਿਚ ਆਫ ਕਰਾਂਗਾ। ਸਭ ਤੋਂ ਪਹਿਲਾ ਸਟੈਪ ਕੰਟਰੋਲ ਯੂਨਿਟ ਦਾ ਸਵਿਚ ਆਫ ਕਰਨ ਤੋਂ ਬਾਅਦ ਵੀ ਵੀ ਪੈਡ ਦੇ ਵਿੱਚ ਜੋ ਆਪਣੀਆਂ ਮੌਕ ਪੋਲ ਦੀਆਂ ਜੋ ਸਲਿਪਸ ਡ੍ਰੌਪ ਡਾਊਨ ਹੋਈਆਂ ਨੇ ਉਹਨਾਂ ਨੂੰ ਆਪਾਂ ਇਹਦੇ ਵਿੱਚੋਂ ਕੱਢਣਾ ਹੈ। ਇਹ ਬਿਲਕੁਲ ਵੀ ਕਿਸੇ ਹਾਲਤ ਵਿੱਚ ਭੁੱਲਣਾ ਨਹੀਂ ਹੈ ਕਿਉਂਕਿ ਇਹਦੇ ਵਿੱਚ ਮੌਕ ਪੋਲ ਦੀ ਕੋਈ ਵੀ ਸਲਿਪ ਇਸ ਡ੍ਰੌਪ ਡਾਊਨ ਬਾਕਸ ਦੇ ਵਿੱਚ ਨਹੀਂ ਰਹਿਣੀ ਚਾਹੀਦੀ। ਇਹ ਜੋ ਆਪਣੀਆਂ ਮੌਕ ਪੋਲ ਦੀਆਂ ਸਲਿਪਸ ਜੋ ਇਹਦੇ ਵਿੱਚ ਹੈਗੀਆਂ ਸੀ ਇਹਨਾਂ ਦੇ ਪਿੱਛੇ ਰਬਰ ਸਟੈਂਪ ਜੋ ਕਿ ਮੌਕ ਪੋਲ ਦੀ ਹੋਏਗੀ ਉਹ ਆਪਾਂ ਲਗਾਉਣੀ ਹੈ। ਮੌਕ ਪੋਲ ਦੀ ਹਰ ਇੱਕ ਦੇ ਪਿੱਛੇ ਰਬਰ ਸਟੈਂਪ ਲਗਾਉਣ ਤੋਂ ਬਾਅਦ ਇਸ ਨੂੰ ਇੱਕ ਬਲੈਕ ਕਲਰ ਦੇ ਇਨਵੈਲਪ ਦੇ ਵਿੱਚ ਪਾ ਕੇ ਪਲਾਸਟਿਕ ਬਾਕਸ ਦੇ ਵਿੱਚ ਸੀਲ ਕੀਤਾ ਜਾਣਾ ਹੈ। ਮੌਕ ਪੋਲ ਤੋਂ ਬਾਅਦ ਇਹ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਨੂੰ ਸੀਲ ਕਿਸ ਤਰ੍ਹਾਂ ਕੀਤਾ ਜਾਣਾ, ਇਹਦੇ ਲਈ ਆਪਣੇ ਕੋਲ ਤਿੰਨ ਤਰ੍ਹਾਂ ਦੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਸੀਲਸ ਹੁੰਦੀਆਂ ਨੇ। ਦੋ ਤਰ੍ਹਾਂ ਦੀ ਸੀਲ, ਦੋ ਤਰ੍ਹਾਂ ਦੇ ਟੈਗ, ਇੱਕ ਸਪੈਸ਼ਲ ਟੈਗ ਔਰ ਇੱਕ ਐਡਰੈਸ ਟੈਗ। ਸੋ ਇਹ ਅਸੀਂ ਡੰਮੀ ਤਿਆਰ ਕੀਤੇ ਨੇ ਸਿਰਫ ਟ੍ਰੇਨਿੰਗ। ਗ੍ਰੀਨ ਪੇਪਰ ਸੀਲ ਕੁਛ ਇਸ ਤਰ੍ਹਾਂ ਦੀ ਹੁੰਦੀ ਹੈ, ਇਹਦੀ ਇੱਕ ਸਾਈਡ ਗ੍ਰੀਨ ਦੂਸਰੀ ਸਾਈਡ ਪਲੇਨ ਹੁੰਦੀ ਹੈ। ਪਲੇਨ ਵਾਲੀ ਸਾਈਡ ਉਹਦਾ ਸੀਰੀਅਲ ਨੰਬਰ ਲਿਖਿਆ ਹੁੰਦਾ ਹੈ, ਆਪਾਂ ਇਹ ਸੀਰੀਅਲ ਨੰਬਰ ਆਪਣੀ ਜੋ PRO ਡਾਇਰੀ ਉਹਦੇ ਵਿੱਚ ਆਲਰੇਡੀ ਪਹਿਲਾਂ ਨੋਟ ਕਰ ਲੈਣਾ ਹੈ। ਸੋ ਸਭ ਤੋਂ ਪਹਿਲਾਂ ਆਪਾਂ ਗ੍ਰੀਨ ਸੀਲ ਲਗਾਉਣੀ ਹੈ, ਇਹ ਜੋ ਇਹਦਾ ਇਨਰ ਕੰਪਾਰਟਮੈਂਟ ਹੈ ਰਿਜ਼ਲਟ ਸੈਕਸ਼ਨ ਦਾ ਉਹਦੇ ਵਿੱਚ ਲਗਾਈ ਜਾਣੀ ਹੈ। ਇਸ ਨੂੰ ਲਗਾਉਣ ਦਾ ਤਰੀਕਾ ਹੈ, ਪਹਿਲਾਂ ਆਪਾਂ ਕੰਪਾਰਟਮੈਂਟ ਨੂੰ ਖੋਲਿਆ, ਜੋ ਸੀਰੀਅਲ ਨੰਬਰ ਆਪਾਂ ਨੂੰ ਦਿਸਦਾ ਹੈ ਉਸ ਉਹ ਆਪਾਂ ਨੂੰ ਇੱਧਰ ਉੱਪਰਲੀ ਸਾਈਡ ਦਿਸਣਾ ਚਾਹੀਦਾ। ਉਸ ਤੋਂ ਬਾਅਦ ਬੜੇ ਆਰਾਮ ਨਾਲ ਇੱਥੇ ਜੋ ਸਲੋਟ ਬਣਿਆ ਉਹਦੇ ਵਿੱਚੋਂ ਦੀ ਆਪਾਂ ਇਹਨੂੰ ਟਪਾਉਣਾ ਹੈ। ਆਪਾਂ ਇਸ ਤਰ੍ਹਾਂ ਰੱਖਣਾ ਹੈ ਕਿ ਸੀਰੀਅਲ ਨੰਬਰ ਇੱਧਰੋਂ ਆਪਾਂ ਨੂੰ ਦਿਸਦਾ ਹੋਵੇ। ਇਹ ਗ੍ਰੀਨ ਪੇਪਰ ਸੀਲ ਇਸ ਤਰ੍ਹਾਂ ਇਹਦੇ ਵਿੱਚੋਂ ਟਪਾਉਣ ਤੋਂ ਬਾਅਦ ਆਪਾਂ ਜੋ ਇਨਰ ਕੰਪਾਰਟਮੈਂਟ ਹੈ ਉਸ ਨੂੰ ਬੰਦ ਕਰ ਦੇਣਾ ਹੈ। ਧਿਆਨ ਰਹੇ ਆਪਾਂ ਇਹ ਸੀਲਿੰਗ ਦਾ ਸਾਰਾ ਪ੍ਰੋਸੀਜਰ ਸਵਿਚ ਆਫ ਦੀ ਕਰਨ ਬਾਅਦ ਜੋ ਆਪਾਂ ਇਨਰ ਕੰਪਾਰਟਮੈਂਟ ਆ ਉਸ ਨੂੰ ਬੰਦ ਕਰ ਲੈਣਾ। ਹੁਣ ਇਨਰ ਕੰਪਾਰਟਮੈਂਟ ਨੂੰ ਸੀਲ ਕਰਨ ਲਈ ਜੋ ਆਪਾਂ ਨੂੰ ਸਪੈਸ਼ਲ ਟੈਗ ਮਿਲਿਆ ਹੁੰਦਾ ਉਹ ਕੁਝ ਇਸ ਤਰ੍ਹਾਂ ਦੀ ਸ਼ੇਪ ਦਾ ਹੁੰਦਾ ਹੈ, ਇਹ ਅਸੀਂ ਡੰਮੀ ਤਿਆਰ ਕੀਤਾ ਹੋਇਆ, ਉਸ ਨੂੰ ਆਪਾਂ ਇੱਥੇ ਇਸ ਤਰ੍ਹਾਂ ਰੱਖਣਾ ਹੈ ਤਾਂ ਕਿ ਕਲੋਜ਼ ਬਟਨ ਹੈ ਜੋ ਉਹ ਬਿਲਕੁਲ ਓਪਨ ਰਹੇ, ਤਾਂ ਕਿ ਸ਼ਾਮ ਨੂੰ ਜਦੋਂ ਆਪਾਂ ਪੋਲ ਕਲੋਜ਼ ਕਰਨੀ ਆ ਆਪਾਂ ਇਸ ਬਟਨ ਨੂੰ ਦਬਾ ਸਕੀਏ। ਇਸ ਤਰ੍ਹਾਂ ਰੱਖਣ ਤੋਂ ਬਾਅਦ ਆਪਾਂ ਇਹਦੇ ਵਿੱਚੋਂ ਧਾਗਾ ਇਹ ਜੋ ਇੱਥੇ ਸਲੋਟ ਦਿੱਤਾ ਗਿਆ ਉਹਦੇ ਵਿੱਚੋਂ ਦੀ ਟਪਾ ਕੇ ਇਸ ਧਾਗੇ ਨਾਲ ਜੋ ਸਪੈਸ਼ਲ ਟੈਗ ਹੈ ਉਹਦਾ ਵੀ ਸੀਰੀਅਲ ਨੰਬਰ ਆਪਾਂ ਪਹਿਲਾਂ ਨੋਟ ਕਰ ਲੈਣਾ ਆਪਣੀ ਡਾਇਰੀ 'ਤੇ। ਇੱਥੇ ਇਹਨਾਂ ਦੀ ਗੰਢ ਦੇ ਕੇ ਆਪਾਂ ਨੀਚੇ ਇੱਕ ਗੱਤੇ ਦਾ ਟੁਕੜਾ ਰੱਖ ਕੇ, ਇੱਥੇ ਗੱਤੇ ਦਾ ਟੁਕੜਾ ਰੱਖ ਕੇ ਉਹਦੇ ਉੱਪਰ ਇਸ ਨੋਟ ਨੂੰ ਰੱਖ ਕੇ, ਗੰਢ ਨੂੰ ਰੱਖ ਕੇ ਆਪਾਂ ਲਾਖ ਲਗਾ ਦੇਣੀ ਹੈ। ਲਾਖ ਇਸ ਤਰ੍ਹਾਂ ਲਗਾਉਣੀ ਹੈ ਵੀ ਮਸ਼ੀਨ ਦੇ ਉੱਪਰ ਨਾ ਲੱਗੇ, ਨੀਚੇ ਗੱਤੇ ਦਾ ਟੁਕੜਾ ਆਪਾਂ ਇਸ ਪਰਪਜ਼ ਲਈ ਰੱਖ ਲੈਣਾ ਹੈ। ਇਹ ਸਪੈਸ਼ਲ ਟੈਗ ਲਗਾਉਣ ਤੋਂ ਬਾਅਦ ਆਪਾਂ ਜੋ ਇਹਦਾ ਆਊਟਰ ਕੰਪਾਰਟਮੈਂਟ ਹੈ ਉਸ ਨੂੰ ਬੰਦ ਕਰਾਂਗੇ। ਇਹ ਆਪਾਂ ਆਊਟਰ ਕੰਪਾਰਟਮੈਂਟ ਬੰਦ ਕਰ ਦਿੱਤਾ। ਆਊਟਰ ਕੰਪਾਰਟਮੈਂਟ ਨੂੰ ਸੀਲ ਕਰਨ ਲਈ ਆਪਣੇ ਕੋਲ ਜੋ ਸਟ੍ਰਿਪ ਸੀਲ ਆਉਂਦੀ ਹੈ ਉਹ ਕੁਛ ਇਸ ਤਰ੍ਹਾਂ ਦੀ ਹੁੰਦੀ ਹੈ, ਉਹਨੂੰ ABCD ਦੇ ਨਾਂ ਨਾਲ ਵੀ ਜਾਣਿਆ ਜਾਂਦਾ। ਉਹਦੇ ਉੱਪਰ ਪਹਿਲਾਂ ਦੋ AB ਆਲਰੇਡੀ ਪ੍ਰਿੰਟਡ ਹੁੰਦੇ ਨੇ, ਇਹ ਪ੍ਰੀ ਗਮਡ ਏਰੀਆ ਹੁੰਦੇ ਆ ਜਿਹਦੇ ਉੱਪਰ ਵੈਕਸ ਪੇਪਰ ਲੱਗਿਆ ਹੁੰਦਾ। ਇਹਨਾਂ ਦੀ ਬੈਕ ਸਾਈਡ 'ਤੇ ਸੀ ਸੈਕਸ਼ਨ ਔਰ ਦੂਸਰੇ ਕੋਰਨਰ 'ਤੇ D ਲਿਖਿਆ ਹੁੰਦਾ। ਸੋ ਇਹ ਸਭ ਤੋਂ ਪਹਿਲਾਂ ਆਪਾਂ ਜੋ A ਪਾਰਟ ਹੈ ਉਸ ਨੂੰ ਇਸ ਦੇ ਮਸ਼ੀਨ ਦੇ ਉੱਪਰ ਇਸ ਤਰ੍ਹਾਂ ਰੱਖਣਾ ਹੈ ਆਊਟਰ ਕਵਰ ਨੂੰ ਆਪਾਂ ਸੀਲ ਕਰਨ ਲਈ। ਇਹ ਪਾਰਟ ਦੇ ਉੱਪਰੋਂ ਜੋ ਵੈਕਸ ਹੈ ਉਸ ਨੂੰ ਉਤਾਰ ਕੇ ਵੈਕਸ ਪੇਪਰ ਨੂੰ ਆਪਾਂ ਜੋ ਗ੍ਰੀਨ ਪੇਪਰ ਦਾ ਨੀਚੇ ਵਾਲਾ ਜੋ ਏਰੀਆ ਹੈ ਜੋ ਨੀਚੇ ਵਾਲਾ ਪਾਰਟ ਹੈ ਉਹਨੂੰ ਫੋਲਡ ਕਰਕੇ ਇਸ ਦੇ ਉੱਪਰ ਇਸ ਤਰ੍ਹਾਂ ਚਿਪਕਾ ਦੇਣਾ ਹੈ। ਇਹ ਪਾਰਟ ਦੇ ਉੱਪਰ ਇਹ ਗ੍ਰੀਨ ਪੇਪਰ ਸੀਲ ਦਾ ਇਹ ਵਾਲਾ ਏਰੀਆ ਚਿਪਕਾਉਣ ਤੋਂ ਬਾਅਦ ਆਪਾਂ ਇਸ ਦੇ B ਦੇ ਉੱਪਰੋਂ ਵੈਕਸ ਪੇਪਰ ਉਤਾਰ ਕੇ ਇਸ ਨੂੰ ਉਹਦੇ ਉੱਪਰ ਮੋੜ ਦੇਣਾ ਹੈ, ਮੋੜ ਕੇ ਇਸ ਤਰ੍ਹਾਂ ਚਿਪਕਾ ਦੇਣਾ ਹੈ। ਇਸ ਨੂੰ ਸੀਲ ਨੂੰ ਲਗਾਉਂਦੇ ਸਮੇਂ ਆਪਾਂ ਧਿਆਨ ਰੱਖਣਾ ਹੈ ਕਿ ਜਦੋਂ ਸੀਲ ਨੂੰ ਆਪਾਂ ਇੱਧਰ ਨੂੰ ਘੁਮਾਉਣਾ ਹੈ ਤਾਂ ਜੋ ਕੈਪ ਹੈ ਕਲੋਜ਼ ਬਟਨ ਦਾ ਕੈਪ ਉਹ ਕਵਰ ਨਹੀਂ ਹੋਣਾ ਚਾਹੀਦਾ, ਕਿਉਂਕਿ ਪੋਲ ਖਤਮ ਹੋਣ ਤੋਂ ਬਾਅਦ ਜਦੋਂ ਸ਼ਾਮ ਨੂੰ ਆਪਾਂ ਪੋਲ ਕਲੋਜ਼ ਕਰਨੀ ਹੋਏਗੀ ਤਾਂ ਆਪਾਂ ਇਹ ਢੱਕਣ ਨੂੰ ਖੋਲ੍ਹ ਕੇ ਇਹਦੇ ਵਿੱਚ ਕਲੋਜ਼ ਬਟਨ ਦਬਾਉਣਾ ਹੁੰਦਾ ਹੈ। ਸੋ ਸੀਲ ਨੂੰ ਇਸ ਤਰ੍ਹਾਂ ਆਪਾਂ ਲਗਾਉਣਾ ਹੈ ਵੀ ਉਹ ਕਵਰ ਨਾ ਹੋਵੇ। ਇਸ ਤੋਂ ਬਾਅਦ ਆਪਾਂ ਸੀਲ ਨੂੰ ਇਹਦੇ ਉੱਪਰੋਂ ਦੀ ਘੁਮਾ ਕੇ ਨੀਚਿਓਂ ਦੀ ਇਸ 'ਤੇ ਇੱਧਰੋਂ ਦੀ ਪੂਰੀ ਮਸ਼ੀਨ ਨੂੰ ਕਵਰ ਕਰਦੇ ਹੋਏ ਆਪਾਂ ਇੱਥੇ ਲੈ ਕੇ ਆਉਣਾ ਹੁੰਦਾ ਹੈ। ਸੋ ਹੁਣ ਆਪਾਂ ਜੋ ਸੀ ਪਾਰਟ ਹੈ ਇਹਦੇ ਉੱਪਰੋਂ ਵੈਕਸ ਪੇਪਰ ਉਤਾਰ ਕੇ ਗ੍ਰੀਨ ਪੇਪਰ ਸੀਲ ਦਾ ਜੋ ਉੱਪਰ ਵਾਲਾ ਪੋਰਸ਼ਨ ਹੈ ਉੱਪਰ ਵਾਲਾ ਪਾਰਟ ਹੈ ਜੋ ਉਹਨੂੰ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਚਿਪਕਾ ਦੇਣਾ ਹੈ।
सी पार्ट के उपर ग्रीन पेपर सील का चिपकाने तो बाद आप जो इसका स्ट्रिप सील का डी पार्ट है वो उपर वैक्स पेपर उतार के आपके उपर चिपका है। ध्यान रहे सील फटनी भी नहीं चाहिए पर लूज भी नहीं रहनी चाहिए, प्रॉपर ये उपर आप इस तरह चिपका देना है। ये मैथड है अपनी जो कंट्रोल यूनिट है उन्होंने सील कर। आपने तीन तरह की सील यूज़ की, एक ग्रीन पेपर सील, एक स्पैशल टैग और एक स्ट्रिप सील। ये सील करने तो बाद जो अपने को एड्रैस टैग ने उन्होंने अपनी जो लोडिंग की जानकारी है वह भरन तो बाद आप इन्हों जो इधर साइड के कंपार्टमेंट से जो इधर बनया हुआ नोट उतों की आप मशीन आप एड्रैस टैग लगा देना है। ये एड्रैस टैग के पिछे भी आप पोलिंग एजेंट के साइन ले सकते हैं। आप पोलिंग एजेंट के साइन ग्रीन पेपर सील के पिछे भी, इस स्ट्रिप सील के पिछे भी सारे लेने और ये जो एड्रैस टैग लगा रहे हैं इन्हों के पिछे भी पहला करवा लेने हैं। सील लगाने तो पहला आप इतने इन्हों की गंढ दे के इतने आप लाख लगा देनी है। यही सेम जो आप जो एड्रैस टैग ने आप वीवी पैट मशीन के उपर और इन बॉक्सिज जो शाम आप बॉक्स के बंद करना पोल क्लोज होने तो बाद उन्होंने बार भी इस तरह के एड्रैस टैग यूज़ किए जाने हैं। जिस तरह आपां सीयू नूं सील किया उस तरह वीवी पैट नूं भी सील किया जाना। आप जो पहला ये मॉक पोल दी सारिया स्लिप्स कढ़ के जो मैं जिवें तुहानूं पहला दस चुकिया उन्होंने आप अलग तो सील करना। इनू बिल्कुल अंदरों खाली करन तो बाद इस नूं बंद करके आप इहदे विच इत्थे एड्रैस टैग लगा सकते हैं। सेम प्रोसीजर आप इहनूं धागे नूं इत्थे गंढ दे के नीचे गत्ता रख के आप इहनूं सील कर देना है अपना। सो यह सी अपना सीलिंग का सारा प्रोसीजर। सील करने तो बाद हुण मशीन अपनिया जो पोल है उसके लिए बिल्कुल तैयार है। ये दोनों जो यूनिट्स ने बैलेट यूनिट ते वीवी पैट यूनिट इनू वोटिंग कंपार्टमेंट के अंदर रखना है क्योंकि यह सीक्रेसी ऑफ वोट्स है। इनू कोई भी देख नहीं सकता, सिर्फ जो जो परसन वोट कास्ट कर रहा उही इहदे विचों डिस्प्ले देख सकता। बाहर सिर्फ ये कंट्रोल यूनिट रहनी है जो कि पोलिंग ऑफिसर के कोल रहनी। इहदे विच एक क्वेश्चन जो बार बार पूछा जाता है वो है कि अगर कोई वोटर एक कंप्लेंट करता है कि जो बटन उसने दबाया जिस कैंडिडेट का बटन दबाया वो पर्ची ये डिस्प्ले नहीं हो रही, पर्ची किसी होर कैंडिडेट की हो रही है, तो उसके लिए एक डिकलेरेशन आती है 49MA रूल के तहत। पहला प्रेजाइडिंग ऑफिसर वो डिकलेरेशन उस जो वोटर है जो इलैक्टर है जो ये कंप्लेंट कर रहा है उन्होंने एक्सप्लेन करेगा, उस तो वो डिकलेरेशन साइन करवाई जाएगी। जेकर वो वोटर है जो इलैक्टर है डिकलेरेशन साइन करता है तो PRO उस वोटर नूं एक टैसट वोट कास्ट करने की परमिशन देगा। उस टैसट वोट नूं कास्ट करने लई पहला जो अपना 17A रजिस्टर ऑफ वोटर्स है उहदे विच एक नवी एंट्री पाई जाएगी नैक्सट, यानी कि उस वोटर की सैकेंड एंट्री पाई जाएगी। उस वोटर के सिग्नेचर भी कराए जाएंगे। उस तो बाद उस वोटर नूं उहदे विच जो क्लॉज लिखा वो सारा पढ़ के सुनाया जाएगा कि अगर उस वोटर की इनफॉर्मेशन एक गलत पाई जाती है तो उन्होंने सज़ा भी हो सकती है। इस तो बाद अगर वह साइन करके दिता तो उन्होंने टैसट वोट कास्ट करवाई जाएगी। वह टैसट वोट पोलिंग एजेंट की हाजरी में तो PRO की हाजरी में की जाएगी। अगर वह टैसट वोट कास्ट करन तो बाद इस परची जो वोटर स्लिप इतने डिस्प्ले हो रही है उस कोई प्रॉब्लम नहीं है, सेम वोटर स्लिप इतने डिस्प्ले हो रही है तो जो पोल है वह कंटिन्यू कर दी जाएगी। और उस टैसट वोट के बारे जानकारी है जो आप 17C का जो पार्ट नंबर 5 आइटम सैकेंड के वेरवा आप दर्ज करना है। सिमिलरली उहदे विच जो अपना 17A जो वोटर ऑफ रजिस्टर है उहदे विच इसका वेरवा दर्ज करके उसके इलैक्टर के साइन करवाए जाने। और भी वेरवा विच दर्ज करना है कि उसने टैसट वोट किस कैंडीडेट नूं पोस्ट कास्ट की सी ताकि काउंटिंग दे टाइम उस कैंडीडेट दे विच दीआं वोटां विचों एक वोट माइनस की जा सके। अगर वह जो उसका क्लेम है वह सही पाया जाता है यानी कि कैंडीडेट ने जो वोट कास्ट की इतने डिस्प्ले कोई होर हो रही है तो इमीडिएटली पोल क्लोज करके पोल नूं रोक के RO नूं इनफॉर्म किया जाना है। जो अपना पोल का सारा प्रोसीजर शाम को खत्म हो जाता है उस तो बाद इन सारे मशीनों डिसकोनैक्ट करके आप इन्हों जो इन्हों बॉक्सिज ने उन्होंने पैक करना है। ध्यान रहे जो आप डिसकोनैक्ट करना है आप मशीन ऑफ कंडीशन होनी चाहिए, जिस तरह आप कनैक्ट किया उसी तरह डिसकोनैक्ट करना। डिसकोनैक्ट कर समय आप केबल में बिल्कुल खिंचना नहीं है, वो साइडा पर जो लैचिज दिए गए हैं उन्होंने दबा के ही केबल में बाहर खिंचा जाना है।
सो मैं इधर पिछों जो कंट्रोल यूनिट है पिछों केबल इस तरह उतारना हाँ। सिमिलरली वीवीपैट की केबल भी जो उन्होंने कनैक्शन कंपार्टमेंट है वो उतारी जानी है। प्रोसीजर उही है, ये लैचिज़ को साइडा तो दबा के फिर इस बाहर कढ़िया जाना है। इन्हों आप अलग अलग इन तीनों के जो बॉक्स है उन्होंने पैक किया जाएगा। सब तो पहले आप कंट्रोल यूनिट पैक करेंगे। सेम प्रोसीजर फॉलो करना है कि जो लिखा हुआ है वह साइड टॉप वाली साइड है उन्होंने उपर रखना है। आप लैचिज खोल के आप जो कंट्रोल यूनिट अपनी है इसनों स्विच ऑफ फिर एक बार ध्यान दे लेना है कि यह स्विच ऑफ कंडीशन के होनी चाहिए है, किसी भी हालत के ऑन ना रह जाए। आप दो एड्रैस टैग एक इस जगह पर एक इस जगह पर दो एड्रैस टैग लगा देने। ध्यान रहे इस एड्रैस टैग के पिछे भी जो पोलिंग एजेंट मौके पर मौजूद ने उन्होंने साइन करवा लेने चाहिए ने। यह लगाने तो बाद नीचे गत्ता रख के इनू इतों सील किया जाना है, लाख के नाल सील करना है। सेमें दोनों साइड पर आप मोड के शिफ्ट करांगे, इनू आप एंटी क्लॉकवाइज घुमाना। उस तो बाद आप जो यदा बॉक्स है वो पैक करना है बहुत ही ध्यान, क्योंकि बहुत सफिस्टिकेटेड मशीन है। इसकी जो केबल है ये बैक साइड से इतने पैक की जाती है। इसको पैक करने के बाद ये जो चारों लैचेज ने आप उन्होंने बंद करा बॉक्स में बंद कर देंगे। सिमिलर एड्रैस टैग आप इन्हों उपर लगावे। आप इतने एड्रैस टैग लगा के इसको सील कर देना। सिमिलरली आप बैलेट यूनिट में पैक कर ली। आप इस जो जिधर बैलेट यूनिट लिखा उस बैलेट यूनिट में जो बैलेट बॉक्स है वो इस तरह रखना है कि यदि जो टॉप वाली साइड है जिधर केबल लगी हुई है वो अपनी लैफ्ट हैंड साइड पर होनी चाहिए है, क्योंकि ये केबल लिए एक पर्टिकुलर स्लॉट दिता गया है। तुम देख सकते हो ये जो यदि बैलेट यूनिट की केबल है वो स्लॉट है, दूसरी साइड पर नहीं है। अगर आप दूसरी साइड पर पावे तो केबल कट्टी जाएगी। सो य हमेशा लैफ्ट साइड पर रहनी चाहिए है। सो मैं इस तरह रखना बैलेट यूनिट में यदि केबल लिए जो स्पेस बनाया गया वो केबल में रख के आप इतने केबल में एडजस्ट करना है। इस बाद आप पैक करना है बॉक्स में। पैक करने के बाद लैचेज में आप बंद करके सेम आप एड्रैस टैग इन उपर लगा दिया जाएगा। आप सेम जो एड्रैस टैग लगाने ने एड्रैस टैग में ये उपर गंढ दे के आप नीचे गत्ता रख के इतने लाख लगा के सील कर देना है। इस तरह अपन जो तीनों मशीनस ने रिटर्निंग ऑफिसर वापस जमा कराने बिल्कुल तैयार हो चुकी ने। कुछ जरूरी नुकते मैं तो साझे करना चाहना। सब तो पहला एक गल का ध्यान रखना है कि जो भी आप कनैक्शन करने हैं चाहे वह कनैक्ट कर रहे हैं या डिसकनैक्ट कर रहे हैं हमेशा कंट्रोल यूनिट की तो स्विच ऑफ करने तो बाद ही करने ने, क्योंकि अगर सिमिलरली जो आप सीलिंग करते हैं उदों भी आप स्विच ऑफ करने तो बाद ही करना है। अदरवाइज कई बार की होंगे भी गलती नाल कोई होर बटन दबाया जाता तो अपनी पोल क्लोज हो जाती है। नैक्सट जो कि बहुत ही इंपॉर्टेंट है, इस मशीन को रात को अगर आप जो समान मिलता उस तो बाद किसी भी हालत ऑन पोजिशन नहीं रहनी चाहिए। जेकर मशीन रात को ऑन पोजिशन रहेगी तो अगले दिन इतने वोट कास्ट नहीं हो सकनगियां, ये उपर मैसेज आएगा इलेक्शन एक्सीडेंट। सो ध्यान रखना है पहले दिन भी जो तुम इतों मशीन प्राप्त करते हो उस दिन भी रात को मशीन ऑन नहीं रहनी चाहिए,
सैकेंड डे जो तुहाडी पोल क्लोज हो जाती है सारा प्रोसीजर पूरा करने तो बाद भी इस स्विच ऑफ करना बहुत जरूरी है। उस तो बाद गल करते हैं वीवीपैट की। वीवीपैट बहुत ही सोफिस्टिकेटेड मशीन है, ये थर्मल इंक की यूज की गई है, ये सेंसर लगे होंगे ने। सो ध्यान रखना है कि जदों वोट कास्ट करते हैं पर्ची जो है वोटर स्लिप है जो आटोमैटिकली कट होकर नीचे डिगनी चाहिए, उन्होंने कदम भी आप हिला के या उन्होंने छेड़छाड़ करके नीचे गिराने की कोशिश नहीं करनी। अगर पर्ची कट के नीचे नहीं डिगती इट मीनस वीवीपैट के कोई प्रॉब्लम है। सिमिलरली इस वीवीपैट को आप डायरैक्ट सनलाइट तो बचा है, इस कदम भी डायरैक्ट सनलाइट एक्सप्लोर नहीं करना, ना ही ये उपर कोई तेज रोशनी वाला कोई बल्ब लगे होना चाहिए क्योंकि ये सेंसर लग ये मशीन बिल्कुल M3 मॉडल दी नवी मशीन जो इस बार यूज होनी ने। ध्यान रहे कि जो आप इन्हों की सीलिंग करनी है सीलिंग करने वे लाख अपनी मशीन के उपर या बॉक्स के उपर ना पवे, नीचे आप एक गत्ते का टुकड़ा रख लेना है ताकि जो भी लाख है गत्ते लगे अपने इस मशीन के उपर। इस गल का भी बहुत ज्यादा ध्यान रखा जाए कि यह जो मशीन ने इन्हों कदे भी बगैर सिक्योरिटी तो या अपने वहीकल मूव नहीं करना। जो वहीकल्स तो आरओ वालों प्रोवाइड करवाए गए हैं जो बसिस प्रोवाइड करवाए गए हैं विद सिक्योरिटी, सिक्योरिटी के नाल ही तुसी पोलिंग बूथ पर जाना है और अपनी पोल पूरी होने तो बाद वोटिंग पूरी होने तो बाद सिक्योरिटी के नाल गवर्नमेंट वहीकल जो प्रोवाइड करवाया गया। ये जो असी प्रेजेंटेशन तुहाडे सामने पेश की है ये सिर्फ तुहाडी एक सिखलाई लई है, किसी भी कन्फ्यूजन की हालत के जो इलेक्शन कमीशन ऑफ इंडिया हदायत ने जो उन्होंने हैंडबुक्स ने उन्हों तो रेफरेंस ले सकते हो। जो इलेक्शन कमीशन ऑफ इंडिया दी जो इंस्ट्रक्शन हो गई उन्होंने ही फाइनल मनिया जाए। सो तुहाडा कोई भी सजैशन हो सानू मैसेज भेज सकते हो, असी अपना